ਪਿੰਡ ਦੇ ਹਣਾ ਜੱਟਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੱਚਿਆਂ ਦੇ ਮਿਡ ਡੇ ਮੀਲ ਦਾ ਰਾਸ਼ਨ ਨਾ ਆਉਣ ਕਰਕੇ ਬੱਚਿਆਂ ਨੂੰ ਅਤੇ ਸਕੂਲ ਇੰਚਾਰਜ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧ ਵਿੱਚ ਸਕੂਲ ਇੰਚਾਰਜ ਹਰਿੰਦਰ ਸਿੰਘ ਅਤੇ ਆਂਗਣਵਾੜੀ ਇੰਚਾਰਜ ਬਲਜੀਤ ਕੌਰ ਨੇ ਦੱਸਿਆ ਕਿ ਬੀਤੇ 3 ਮਹੀਨੇ ਤੋਂ ਬੱਚਿਆਂ ਦਾ ਕੋਈ ਵੀ ਰਾਸ਼ਨ ਨਹੀਂ ਆਇਆ, ਜਿਸ ਕਾਰਨ ਮਿਡ ਡੇ ਮੀਲ ਦੁਪਹਿਰ ਦਾ ਖਾਣਾ ਦੇਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਉਹ ਆਪਣੇ ਕੋਲੋਂ ਸਹਿਯੋਗ ਕਰਕੇ ਜਾਂ ਹੋਰ ਪਿੰਡ ਦੇ ਸਹਿਯੋਗੀ ਸੱਜਣਾਂ ਦੀ ਮਦਦ ਨਾਲ ਕਿਸੇ ਤਰ੍ਹਾਂ ਬੱਚਿਆਂ ਲਈ ਮਿਡ ਡੇ ਮੀਲ ਦਾ ਪ੍ਰਬੰਧ ਕਰ ਰਹੇ ਹਨ। ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਚਿਆਂ ਦੇ ਮਿਡ ਡੇ ਮੀਲ ਦਾ ਰਾਸ਼ਨ ਸਮੇਂ ਸਿਰ ਪਹੁੰਚਾਇਆ ਜਾਵੇ। ਸਰ ਜੀ, ਸਾਡੇ ਕੋਲ ਗਰੀਬ ਫੈਮਿਲੀ ਬੱਚੇ ਆ ਰਹੇ ਜੀ, 22 ਬੱਚੇ ਆ ਜੀ, ਕੋਈ ਇਹਨੇ ਦਾਣਾ ਪਾਣੀ ਨਹੀਂ ਸਾਡੇ ਕੋਲ, ਤਾਂ 22 ਬੱਚੇ ਦਾਣਾ ਖਾਂਦੇ ਜੀ, ਮੈਂ ਅੱਠ ਖਾਂਦਾ, ਬਹੁਤ ਔਖਾ ਜੀ ਸਾਨੂੰ। ਕਿੰਨੇ ਮਹੀਨੇ ਹੋ ਗਏ ਤੁਹਾਨੂੰ ਨਹੀਂ ਆਉਂਦਾ ਇਹਦਾ ਰਾਸ਼ਨ? ਇਹ ਦੇਵੇ ਦਾ ਸਾਨੂੰ ਖਾਣਾ ਆਏ ਨਹੀਂ ਜੀ, ਜਦੋਂ ਸ਼ੁਰੂ ਹੋਈ ਹੈ ਜੀ, ਕੋਈ ਖਾਣਾ ਜ਼ਿਆਦਾ ਆ ਕਬਾੜੀ ਖਾਣਾ ਆਉਂਦਾ ਜੀ, ਉਹ ਪ੍ਰੋਵਾਈਡ ਕਰਦੇ ਹੁੰਦੇ ਜੀ, ਉਹ ਦਿੰਦੇ ਕੋਈ ਨਹੀਂ, ਮੈਨੂੰ ਔਖਾ ਬਹੁਤ ਹੈ ਜੀ। ਅਤੇ ਤੁਹਾਡੀ ਕੀ ਮੰਗ ਹੈ ਪ੍ਰਸ਼ਾਸਨ? ਅਤੇ ਅਜੇ ਮੈਂ ਪ੍ਰਸ਼ਾਸਨ ਮੰਗ ਹੈ ਜੀ, ਬੱਚਿਆਂ ਦਾ ਪ੍ਰੀ ਪ੍ਰਾਇਮਰੀ ਬੱਚਿਆਂ ਦਾ ਖਾਣਾ ਆਉਣਾ ਚਾਹੀਦਾ ਜੀ, ਇੱਕ ਟੀਚਰ ਆਉਣਾ ਚਾਹੀਦਾ, ਪੱਖਾ ਚਾਹੀਦਾ ਜੀ, ਉਹ ਬਾਹਰ ਪੜਾਉਣ ਵਾਸਤੇ। ਇਸ ਸੰਬੰਧੀ ਜਦ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਦੁਪਹਿਰ ਦਾ ਖਾਣਾ ਮਿਲਦਾ ਹੈ। ਸਰਕਾਰ ਤੋਂ ਇਹੀ ਮੰਗ ਕੀਤੀ ਜਾਂਦੀ ਹੈ ਕਿ ਬੱਚਿਆਂ ਲਈ ਰਾਸ਼ਨ ਸਮੇਂ ਸਿਰ ਪਹੁੰਚਦਾ ਕੀਤਾ ਜਾਵੇ ਤਾਂ ਜੋ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋ ਸਕੇ। ਹਾਂਜੀ, ਕੀ ਨਾਂ ਆ? ਬੱਚੇ, ਅੱਜ ਖਾਣਾ ਮਿਲਿਆ ਸੀਗਾ? ਕੀ ਮਿਲਿਆ? ਰੋਟੀ ਮਿਲੀ ਸੀ, ਨਾਲ ਹੋਰ ਕੀ ਮਿਲਿਆ? ਦਾਲ ਵੀ ਸੀ, ਸਵਾਦ ਸੀ, ਵਧੀਆ ਲੱਗਾ। ਪਿੰਡ ਦੇ ਹਣਾ ਜੱਟਾਂ ਤੋਂ ਕਿਰਪਾਲ ਸਿੰਘ ਮਾਇਆਵੱਟੀ ਦੀ ਰਿਪੋਰਟ, ਪੰਜਾਬ TV।